ਹਾਂਜੀ ਸਟੂਡੈਂਟਸ, ਅੱਜ ਡਾਇਰੀ ਐਂਟਰੀ ਕਰਾਂਗੇ ਅਸੀਂ ਟੀਚਿੰਗ ਆਫ ਇੰਗਲਿਸ਼ ਦੇ ਵਿੱਚ। ਇੰਪੋਰਟੈਂਟ ਟੌਪਿਕ ਆ, ਕਿਵੇਂ ਲਿਖੀ ਦੀ ਆ ਡਾਇਰੀ। ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਟਿਪਸ ਐਂਡ ਟ੍ਰਿਕਸ ਨੇ ਜਿਹੜੇ ਡਾਇਰੀ ਐਂਟਰੀ ਦੇ, ਉਹ ਕਰਾਂਗੇ ਪਹਿਲਾਂ, ਫਿਰ ਫਾਰਮੈਟ ਕਰਾਂਗੇ ਇਸਦਾ। ਰਾਈਟਿੰਗ ਆ ਡਾਇਰੀ ਕੈਨ ਬੀ ਏ ਪਰਸਨਲ ਐਂਡ ਇੰਟਰੋਸਪੈਕਟਿਵ ਪ੍ਰੈਕਟਿਸ। ਜਿਹੜੀ ਡਾਇਰੀ ਐਂਟਰੀ ਆ ਜਾਂ ਡਾਇਰੀ ਰਾਈਟਿੰਗ ਆ ਜਾਂ ਡਾਇਰੀ ਲਿਖਣਾ ਹੈ, ਉਹ ਨਿੱਜੀ ਹਿੱਤ ਲਈ ਲਿਖ ਸਕਦੇ ਹਾਂ, ਅਸੀਂ ਨਿੱਜੀ ਤੌਰ 'ਤੇ ਲਿਖ ਸਕਦੇ ਹਾਂ, ਜਾਂ ਆਪਣੇ ਆਪ ਨੂੰ ਸੈਲਫ ਕਹਿੰਦੇ ਹਾਂ ਅਸੀਂ ਸੈਲਫ ਰਿਅਲਾਈਜੇਸ਼ਨ ਲਈ ਲਿਖ ਸਕਦੇ ਹਾਂ। ਤਾਂ ਇਹਦੇ ਵਿੱਚ ਕੀ ਹੁੰਦਾ, ਅਸੀਂ ਆਪਣੇ ਥੋਟਸ ਐਕਸਪ੍ਰੈਸ ਕਰਦੇ ਹਾਂ, ਫੀਲਿੰਗਸ ਨੂੰ ਦੇਖਦੇ ਹਾਂ, ਅਸੀਂ ਲਿਖਦੇ ਹਾਂ, ਆਪਣੇ ਤਜਰਬੇ ਸਾਂਝੇ ਕਰਦੇ ਹਾਂ ਡਿਟੇਲ ਦੇ ਵਿੱਚ। ਤਾਂ ਇਹਦੇ ਲਈ ਕਿਹੜੇ ਕਿਹੜੇ ਟਿਪਸ ਨੇ, ਕੀ ਦੇਖਣਾ ਹੈ ਅਸੀਂ ਤਾਂ ਕਿ ਅਸੀਂ ਚੰਗੀ ਤਰ੍ਹਾਂ ਜਿਹੜੀ ਡਾਇਰੀ ਆ ਉਹ ਲਿਖ ਸਕੀਏ। ਸਭ ਤੋਂ ਪਹਿਲਾਂ ਤਾਂ ਹੈਗਾ ਸੈੱਟ ਦਾ ਸੀਨ, ਜੋ ਵੀ ਅਸੀਂ ਲਿਖਣਾ ਚਾਹੁੰਦੇ ਹਾਂ ਉਸ ਦਾ ਸੀਨ ਸੈੱਟ ਕਰਨਾ ਜਾਂ ਕਲਪਨਾ ਕਰਨੀ ਸੀਨ ਦੀ। ਕਲਪਨਾ ਵੀ ਨਹੀਂ ਕਹਿ ਸਕਦੇ, ਅਸੀਂ ਸੋਚਣਾ ਕਹਿ ਸਕਦੇ ਹਾਂ ਕਿ ਜਿਹੜੀ ਅਸਲੀਅਤ ਆ ਉਹ ਸੋਚਣੀ, ਸੋਚ ਕੇ ਲਿਖਣਾ ਸ਼ੁਰੂ ਕਰਨਾ। ਬਿਗਿਨ ਯੋਰ ਡਾਇਰੀ ਐਂਟਰੀ ਬਾਏ ਡਿਸਕ੍ਰਾਈਬਿੰਗ ਦਾ ਸੈਟਿੰਗ, ਕਿ ਸ਼ੁਰੂ ਕਰ ਰਹੇ ਹਾਂ, ਕਿਹੜੀ ਘਟਨਾਕ੍ਰਮ ਅਸੀਂ ਲਿਖ ਰਹੇ ਹਾਂ। ਇਨਕਲੂਡ ਡਿਟੇਲਸ ਅਬਾਊਟ ਦਾ ਟਾਈਮ, ਪਲੇਸ, ਵੈਦਰ ਐਂਡ ਐਨੀ ਅਦਰ ਕੰਸਟੈਕਚੁਅਲ ਇਨਫੋਰਮੇਸ਼ਨ ਦੈਟ ਕੈਨ ਹੈਲਪ ਯੂ ਕੈਪਚਰ ਦਾ ਮੂਡ ਆਫ ਅ ਮੂਮੈਂਟ। ਕਿਸ ਘਟਨਾਕ੍ਰਮ ਨੂੰ ਤੁਸੀਂ ਲਿਖ ਰਹੇ ਹੋ, ਉਸਦਾ ਟਾਈਮ, ਜਗ੍ਹਾ, ਉਸਦਾ ਮੌਸਮ ਜਾਂ ਕੋਈ ਵੀ ਇਹੋ ਜਿਹੀ ਗੱਲਬਾਤ, ਸਾਰੀ ਜਿਹੜੀ ਉਹ ਲਿਖਣੀ ਆ ਕਿ ਉਸ ਟਾਈਮ ਦੇ ਉੱਤੇ ਤੁਹਾਡਾ ਜਿਹੜਾ ਕਹਿ ਸਕਦੇ ਹਾਂ ਮੂਡ ਜਾਂ ਤੁਹਾਡਾ ਜੋ ਵੀ ਸਿਚੁਏਸ਼ਨ ਆ ਉਸ ਨੂੰ ਐਕਸਪ੍ਰੈਸ ਕਰੇ। ਫਿਰ ਆ ਫੋਕਸ ਔਨ ਯੂਅਰ ਫੀਲਿੰਗ। ਤਾਂ ਦੂਜੀ ਜਿਹੜੀ ਟੈਕਨੀਕ ਆ ਜਾਂ ਅਸੀਂ ਕਹਿੰਦੇ ਹਾਂ ਕਿ ਦੂਜਾ ਜਿਹੜਾ ਇੱਕ ਮਹੱਤਵਪੂਰਨ ਪੁਆਇੰਟ ਆ ਉਹ ਹੈਗਾ ਕਿ ਆਪਣੀਆਂ ਫੀਲਿੰਗ ਦੇ ਉੱਤੇ ਫੋਕਸ ਕਰਨਾ। ਜਦੋਂ ਵੀ ਡਾਇਰੀ ਲਿਖਣੀ ਤਾਂ ਇਹਦੇ ਵਿੱਚ ਫੀਲਿੰਗ ਦੇ ਉੱਤੇ ਫੋਕਸ ਕਰਨਾ। ਡਿਸਕ੍ਰਾਈਬ ਯੂਅਰ ਇਮੋਸ਼ਨਲ ਸਟੇਟ ਇਨ ਡੈਪਥ। ਹਾਊ ਡੂ ਯੂ ਫੀਲ ਅਬਾਊਟ ਦਾ ਇਵੈਂਟਸ ਆਫ ਦਾ ਡੇ। ਕੋਈ ਵੀ ਘਟਨਾਕ੍ਰਮ ਤੁਸੀਂ ਲਿਖ ਰਹੇ ਹੋ, ਸਪੋਜ ਕਰੋ ਤੁਹਾਡੇ ਸਕੂਲ ਦੇ ਵਿੱਚ, ਇੰਸਟੀਟਿਊਸ਼ਨ ਦੇ ਵਿੱਚ ਕੋਈ ਗੇਮਸ ਦਾ ਪ੍ਰੋਗਰਾਮ ਹੋਇਆ, ਕੋਈ ਫੰਕਸ਼ਨ ਹੋਇਆ, ਤਾਂ ਉਸ ਘਟਨਾਕ੍ਰਮ ਬਾਰੇ ਤੁਸੀਂ ਲਿਖ ਰਹੇ ਹੋ, ਤਾਂ ਆਪਣੀਆਂ ਫੀਲਿੰਗ ਤੁਸੀਂ ਕਿਵੇਂ ਐਕਸਪ੍ਰੈਸ ਕਰੋਗੇ, ਆਪਣਾ ਐਕਸਪੀਰੀਅੰਸ ਤੁਸੀਂ ਲਿਖਣਾ ਇਹਦੇ ਵਿੱਚ। ਐਕਸਪਲੋਰ ਯੂਅਰ ਇਮੋਸ਼ਨਸ ਐਂਡ ਰਿਫਲੈਕਟ ਔਨ ਵਾਈ ਯੂ ਮਾਈਟ ਬੀ ਫੀਲਿੰਗ ਅ ਸਰਟਨ ਵੇ। ਨੈਕਸਟ ਹੈਗਾ ਬੀ ਸਪੈਸੀਫਿਕ ਅਬਾਊਟ ਐਕਸਪੀਰੀਅੰਸਿਸ। ਆਪਣੇ ਤਜਰਬਿਆਂ ਲਈ ਖਾਸ ਮਹੱਤਵ ਦੇਣਾ। ਰਾਈਟ ਅਬਾਊਟ ਇਵੈਂਟਸ ਐਂਡ ਇੰਟਰੈਕਸ਼ਨਸ ਯੂ ਹੈਡ ਡਿਊਰਿੰਗ ਦਾ ਡੇ, ਗੋਇੰਗ ਇਨ ਟੂ ਐਜ ਮੱਚ ਡਿਟੇਲ ਐਜ ਪੋਸੀਬਲ। ਪੂਰੀ ਦੀ ਪੂਰੀ ਡਿਟੇਲ ਲਿਖਣੀ ਆ। ਮੈਂਸ਼ਨ ਹੂ ਯੂ ਵਰ ਵਿਦ, ਵਟ ਵਾਜ ਸੈਡ ਐਂਡ ਐਨੀ ਸਿਗਨੀਫਿਕੈਂਟ ਐਕਸ਼ਨ ਔਰ ਓਬਜਰਵੇਸ਼ਨਸ। ਕੋਈ ਵੀ ਗੱਲ ਕਹੀ, ਸੁਣੀ, ਦੇਖਿਆ ਜਾਂ ਕੋਈ ਵੀ ਕਿਰਿਆ ਕੀਤੀ ਮਹੱਤਵਪੂਰਨ ਜਿਹੜੀ ਉਸ ਘਟਨਾਕ੍ਰਮ ਬਾਰੇ, ਉਹ ਸਾਰੀ ਲਿਖਣੀ। ਫਿਰ ਰਿਫਲੈਕਟ ਔਨ ਥੋਟਸ ਐਂਡ ਓਪੀਨੀਅਨਸ, ਸੋਚਾਂ ਅਤੇ ਵਿਚਾਰਾਂ ਬਾਰੇ, ਵਿਚਾਰਾਂ ਨੂੰ ਪ੍ਰਤੀਬਿੰਬਿਤ ਕਰਨਾ। ਇਨਕਲੂਡ ਯੂਅਰ ਥੋਟਸ ਐਂਡ ਓਪੀਨੀਅਨਸ ਔਨ ਦਾ ਇਵੈਂਟਸ ਆਫ ਦਾ ਡੇ ਔਰ ਐਨੀ ਬਰੋਡਰ ਇਸ਼ੂ ਦੈਟ ਯੂ
encountered. What do you think about what's happening in your life or the world around you? Fir record sensory experience. Use descriptive language to capture the sights, sounds, smells, taste and tactile sensations you experienced. This can make your diary entries more vivid and engaging. ਜੋ ਵੀ ਤੁਸੀਂ ਅਨੁਭਵ ਕੀਤਾ, ਸੈਂਸਿਸ ਰਾਹੀਂ ਐਕਸਪੀਰੀਅੰਸ ਕੀਤਾ, ਗਿਆਨ ਇੰਦਰੀਆਂ ਰਾਹੀਂ ਅਨੁਭਵ ਕੀਤਾ, ਉਹ ਸਾਰਾ ਕੁਝ ਤੁਸੀਂ ਡਾਇਰੀ ਦੇ ਵਿੱਚ ਲਿਖਣਾ ਹੈ, ਉਹ ਵੀ ਡਿਸਕ੍ਰਿਪਟਿਵ ਲੈਂਗੁਏਜ ਦੇ ਵਿੱਚ, ਭਾਵ ਵਿਵਰਣ ਕਰਦੇ ਹੋਏ। ਫਿਰ ਹੈ ਐਕਸਪਲੋਰ ਡਿਫਰੈਂਟ ਪਰਸਪੈਕਟਿਵਸ, ਕੰਸੀਡਰ ਹਾਓ ਅਦਰਸ ਅਰਾਊਂਡ ਯੂ ਮਾਈਟ ਹੈਵ ਪਰਸੀਵਡ ਔਰ ਐਕਸਪੀਰੀਅੰਸਡ ਦਾ ਸੇਮ ਇਵੈਂਟਸ। ਹੁਣ ਇਹ ਦੇਖਣਾ ਕਿ ਅਸੀਂ ਜੋ ਅਨੁਭਵ ਕੀਤਾ ਸੇਮ ਇਵੈਂਟ ਲਈ, ਦੂਸਰਿਆਂ ਨੇ ਕੀ ਅਨੁਭਵ ਕੀਤਾ ਜੋ ਤੁਹਾਡੇ ਆਲੇ ਦੁਆਲੇ ਸੰਬੰਧਿਤ ਨੇ। ਦਿਸ ਕੈਨ ਪ੍ਰੋਵਾਈਡ ਅਡੀਸ਼ਨਲ ਡੈਪਥ ਐਂਡ ਇਨਸਾਈਟ ਇਨ ਟੂ ਯੂਅਰ ਰਿਫਲੈਕਸ਼ਨਸ। ਇਹਦੇ ਨਾਲ ਤੁਹਾਨੂੰ ਆਪਣੇ ਵਿਚਾਰ ਨੇ ਜਿਹੜੇ, ਆਪਣੀ ਸੋਚ ਹੈ ਜਿਹੜੀ, ਉਸ ਨੂੰ ਹੋਰ ਡੂੰਘਾਈ ਨਾਲ ਸੋਚਣ ਦਾ ਟਾਈਮ ਮਿਲੂਗਾ। ਫਿਰ ਟਰੈਕ ਚੇਂਜਿਸ ਐਂਡ ਪੈਟਰਨਸ, ਟੇਕ ਨੋਟ ਆਫ ਐਨੀ ਚੇਂਜਿਸ ਇਨ ਯੂਅਰ ਮੂਡ, ਹੈਬਿਟਸ ਔਰ ਬਿਹੇਵੀਅਰ ਓਵਰ ਟਾਈਮ। ਲੁੱਕ ਫਾਰ ਪੈਟਰਨਸ ਇਨ ਯੂਅਰ ਥੋਟਸ ਐਂਡ ਐਕਸ਼ਨਸ ਦੈਟ ਕੁਡ ਪ੍ਰੋਵਾਈਡ ਇਨਸਾਈਟ ਇਨ ਯੂਅਰ ਗਰੋਥ ਐਂਡ ਚੈਲੇਂਜਿਸ। ਨੈਕਸਟ ਹੈ ਸੈੱਟ ਗੋਲਸ ਐਂਡ ਇੰਟੈਂਸ਼ਨਸ, ਰਾਈਟ ਅਬਾਊਟ ਐਨੀ ਗੋਲਸ ਔਰ ਇੰਟੈਂਸ਼ਨਸ ਯੂ ਹੈਵ ਫਾਰ ਦਾ ਫਿਊਚਰ। ਆਪਣੇ ਜਿਹੜੇ ਗੋਲ ਜਾਂ ਉਮੀਦਾਂ, ਉਹ ਸਾਰੀਆਂ ਬਾਰੇ ਲਿਖਣਾ ਹੈ ਤੁਸੀਂ। ਦਿਸ ਕੈਨ ਹੈਲਪ ਯੂ ਟਰੈਕ ਯੂਅਰ ਪ੍ਰੋਗਰੈਸ ਐਂਡ ਰਿਫਲੈਕਟ ਔਨ ਯੂਅਰ ਜਰਨੀ। ਫਿਰ ਹੈ ਇਨਕਲੂਡ ਕੁਐਟਸ ਐਂਡ ਇੰਸਪੀਰੇਸ਼ਨਸ, ਤਾਂ ਕੋਈ ਵੀ ਮਹਾਨ ਪੁਰਸ਼ਾਂ ਦੀਆਂ ਜਿਹੜੀਆਂ ਤੁਹਾਨੂੰ ਮੋਟੀਵੇਟ ਕਰਦੀਆਂ ਨੇ, ਉਹ ਚੀਜ਼ਾਂ ਨੂੰ ਇਨਕਲੂਡ ਕਰਨਾ ਵਿੱਚ। ਇਫ ਯੂ ਕਮ ਅਕਰੋਸ ਆ ਮੀਨਿੰਗਫੁੱਲ ਕੁਐਟ ਪੈਸੇਜ ਐਂਡ ਪੀਸ ਆਫ ਇੰਸਪੀਰੇਸ਼ਨ, ਇਨਕਲੂਡ ਇਟ ਇਨ ਯੂਅਰ ਡਾਇਰੀ ਐਂਡ ਰਿਫਲੈਕਟ ਔਨ ਹਾਓ ਇਟ ਰਿਜਨੇਟ ਵਿਦ ਯੂ। ਨੈਕਸਟ ਹੈ ਯੂਜ ਪ੍ਰੋਮਪਟਸ ਵੈਨ ਨੀਡਡ, ਯੂ ਆਰ ਅਨਸ਼ਿਓਰ ਵਟ ਟੂ ਅਬਾਊਟ, ਯੂਜ ਪ੍ਰੋਮਪਟ ਸੱਚ ਐਸ ਟੂਡੇ ਆਈ ਵਾਜ ਮੋਸਟ ਗਰੇਟਫੁੱਲ ਫੋਰ, ਔਰ ਅ ਮੂਮੈਂਟ ਆਈਲ ਨੈਵਰ ਫੋਰਗੈਟ ਫਰੋਮ ਟੂਡੇ ਵਾਜ ਟੂ ਸਪਾਰਕ ਇੰਸਪੀਰੇਸ਼ਨ। ਤਾਂ ਸ਼ੁਰੂ ਕਰਨਾ ਹੈ ਜਿਹੜਾ, ਉਹ ਸ਼ੁਰੂਆਤ ਹੈ ਜਿਹੜੀ ਬਹੁਤ ਵਧੀਆ ਢੰਗ ਨਾਲ ਹੈ, ਜਿਹੜੀ ਜ਼ਰੂਰੀ ਆ। ਜਿੱਥੇ ਵੀ ਤੁਹਾਨੂੰ ਜ਼ਰੂਰਤ ਮਹਿਸੂਸ ਹੋਵੇ ਤਾਂ ਵਧੀਆ ਢੰਗ ਨਾਲ ਤੁਸੀਂ ਲਿਖਣਾ ਹੈ। ਫਿਰ ਹੈ ਬੀ ਓਨੈਸਟ ਐਂਡ ਅਨਫਿਲਟਰਡ, ਯੂਅਰ ਡਾਇਰੀ ਇਜ਼ ਪ੍ਰਾਈਵੇਟ ਸਪੇਸ ਫਾਰ ਯੂ ਟੂ ਐਕਸਪ੍ਰੈਸ ਯੂਅਰਸੈਲਫ ਓਪਨਲੀ ਐਂਡ ਓਨੈਸਟਲੀ। ਡੋਂਟ ਹੋਲਡ ਬੈਕ, ਰਾਈਟ ਫਰੀਲੀ ਅਬਾਊਟ ਯੂਅਰ ਐਕਸਪੀਰੀਅੰਸਿਸ, ਥੋਟਸ ਐਂਡ ਫੀਲਿੰਗਸ। ਫਿਰ ਰਿਵਿਊ ਐਂਡ ਰਿਫਲੈਕਟ, ਜੋ ਵੀ ਘਟਨਾ ਕ੍ਰਮ ਲਿਖਿਆ ਤੁਸੀਂ, ਜੋ ਵੀ ਡੇਲੀ ਦੀ ਡੇਲੀ ਲਿਖ ਰਹੇ ਹੋ, ਉਸ ਨੂੰ ਰਿਵਿਊ ਅਤੇ ਰਿਫਲੈਕਟ ਕਰਨਾ। ਪੀਰੀਓਡੀਕਲੀ ਰਿਵਿਊ ਪਾਸਟ ਡਾਇਰੀ ਐਂਟਰੀਜ਼ ਟੂ ਓਬਜ਼ਰਵ ਹਾਓ ਯੂਅਰ ਥੋਟਸ ਐਂਡ ਫੀਲਿੰਗਸ ਹੈਵ ਇਵੋਲਵਡ ਓਵਰ ਟਾਈਮ। ਰਿਫਲੈਕਟਿੰਗ ਔਨ ਯੂਅਰ ਪਾਸਟ ਐਂਟਰੀਜ਼ ਕੈਨ ਪ੍ਰੋਵਾਈਡ ਇਨਸਾਈਟ ਐਂਡ ਪਰਸਪੈਕਟਿਵ। ਰਿਮੈਂਬਰ ਦੈਟ ਯੂਅਰ ਡਾਇਰੀ ਇਜ਼ ਪਰਸਨਲ ਸਪੇਸ, ਸੋ ਰਾਈਟ
in a way that you feel comfortable and authentic. Over time, you may develop your own style and preferences for how you approach diary writing. ਤਾਂ ਇਹ ਸੀਗੇ ਕੁਛ ਟਿਪਸ ਡਾਇਰੀ ਜਿਹੜੀ ਐਂਟਰੀ ਕਰਨ ਦੇ ਜਾਂ ਡਾਇਰੀ ਰਾਈਟਿੰਗ ਦੇ, ਜੋ ਤੁਸੀਂ ਆਪਣੇ ਸਟੂਡੈਂਟਸ ਨੂੰ ਦੱਸ ਕੇ ਉਹਨਾਂ ਨੂੰ ਚੰਗੀ ਡਾਇਰੀ ਐਂਟਰੀ ਸਿਖਾ ਸਕਦੇ ਹੋ। ਅਤੇ ਇਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਅਸੀਂ ਫਾਰਮੈਟ ਦੇਖਾਂਗੇ ਕਿ ਡਾਇਰੀ ਐਂਟਰੀ ਦੇ ਵਿੱਚ ਸਭ ਤੋਂ ਪਹਿਲਾਂ ਕੀ ਲਿਖਦੇ ਨੇ ਅਤੇ ਨੈਕਸਟ ਫਿਰ ਕੀ ਲਿਖਦੇ ਨੇ, ਇਸ ਤਰ੍ਹਾਂ ਨਾਲ ਕਿਹੜਾ ਫਾਰਮੈਟ ਫੋਲੋ ਕਰਨਾ ਚਾਹੀਦਾ ਹੈ। ਬਣੇ ਰਹੋ ਚੈਨਲ ਦੇ ਨਾਲ। ਓਕੇ, ਥੈਂਕਸ।